ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਕਿ ਕਿਸਾਨ ਵੀਰਾਂ ਦੇ ਕਾਫੀ ਅੱਜ ਜਿਹੜੇ ਸਵਾਲ ਆਏ ਕਿਸਾਨ ਵੀਰ ਫੋਨ ਕਰਕੇ ਪੁੱਛਦੇ ਆ ਕਿ ਡੀਬੀਡਬਲਯੂ 303 ਜਿਹੜੀ ਕਿ ਪਿਛਲੇ ਸਾਲ ਵੀ ਥੋੜਾ ਥੋੜਾ ਬੀਜ ਆਈਆਈਡਬਲਯੂ ਬੀਆਰ ਵੱਲੋਂ ਕਿਸਾਨ ਵੀਰਾਂ ਨੂੰ ਦਿੱਤਾ ਗਿਆ ਤਕਰੀਬਨ 4-4 ਕਿਲੋ ਦੇ ਕਰੀਬ ਜਾਂ ਉਸ ਤੋਂ ਕੁਝ ਕਿਸਾਨ ਵੀਰਾਂ ਨੂੰ ਵੱਧ ਵੀ ਹੋ ਸਕਦਾ ਕੋਈ 8 ਕਿਲੋ ਮਿਲ ਗਿਆ ਹੋਵੇ ਤਾਂ ਉਹਦਾ ਬੀਜ ਕਈ ਜਗ੍ਹਾ ਤੇ ਕਿਸਾਨ ਵੀਰ ਕਹਿੰਦੇ ਕਿ ਸਾਨੂੰ ਪੂਰਾ ਵਧੀਆ ਬੀਜ ਤੇ ਕੁਆਂਟਲਾਂ ਦੇ ਹਿਸਾਬ ਚ ਮਿਲ ਰਿਹਾ ਅਸੀਂ ਲਈਏ ਜਾਂ ਨਾ ਲਈਏ ਮੇਰੇ ਤੋਂ ਪੁੱਛ ਰਹੇ ਸੀਗੇ ਕਿ ਅਸੀਂ ਲਈਏ ਜਾਂ ਨਾ ਲਈਏ ਉਹਦੇ ਬਾਰੇ ਆਪਾਂ ਗੱਲਬਾਤ ਸਾਂਝੀ ਕਰਾਂਗੇ ਬਾਕੀ ਜਿਹੜੀਆਂ ਚੰਗੀਆਂ ਕਿਸਮਾਂ ਪਿਛਲੇ ਸਾਲ ਰਹੀਆਂ ਨੇ ਉਹਨਾਂ ਬਾਰੇ ਮੈਂ ਦੱਸੂਗਾ ਜੇ ਕੋਈ ਵੈਰੈਟੀ ਵਾਈਜ਼ ਕੋਈ ਕਿਸਾਨ ਵੀਰ ਸਪੈਸ਼ਲ ਪੁੱਛੂਗਾ ਕਿ ਜਿਵੇਂ DBW 222 ਹੈ HD 3086 297 ਉਹਦੇ ਬਾਰੇ ਕੱਲੀ ਕੱਲੀ ਵੈਰੈਟੀ ਬਾਰੇ ਵੀ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਕਿ ਇਹਦਾ ਕੀ ਇਹਦੇ yield ਪੈਰਾਮੀਟਰ ਕੀ ਨੇ ਤੇ ਇਹਨੂੰ ਆਪਾਂ ਜਿਹੜੀ ਹੈਗੀ ਬਿਜਾਈ ਦਾ ਸਮਾਂ ਬਾਕੀ ਜਿਹੜਾ ਸਾਰਾ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਆਂਗੇ ਇਹਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਆ ਉਹਦੇ ਵਿੱਚ ਕਿਸਾਨ ਵੀਰੋ ਹੈ ਕਿ DBW 303 ਹੁਣ ਤੱਕ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਕਿਸਮ ਹੈ ਐਵਰੇਜ ਝਾੜੇ ਦਾ ਬਹੁਤ ਵਧੀਆ ਮੈਂਦੀ ਬਾਰੇ ਪਹਿਲਾਂ ਵੀਡੀਓ ਪਾਈ ਸੀਗੀ ਤੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਵੀ ਆਏ ਸੀ ਕਿ ਇਹਦਾ ਬੀਜ ਕਿੱਥੋਂ ਮਿਲੂ ਕਿਉਂਕਿ ਜਿਹੜਾ ਆਈਆਈ ਡਬਲਯੂ ਬੀਆਰ ਐਲਓ ਹੈ ਸਵਾਲ ਜਿਹੜੀ ਹੈ 10 ਕਿਲੋ ਦੀ ਪੈਕਿੰਗ ਦਿੱਤੀ ਜਾ ਰਹੀ ਹੈ ਉਹ ਪੋਰਟਲ ਤੇ ਜਿਹੜੇ ਹੈ ਕਿਸਾਨ ਵੀਰਾਂ ਨੇ ਰਜਿਸਟ੍ਰੇਸ਼ਨ ਕਰਾਈ ਸੀ ਉਹ ਤੁਸੀਂ ਵੀ ਜਿਹੜਾ ਸੰਪਰਕ ਉੱਥੇ ਰੱਖੋ ਹੋ ਸਕਦਾ ਬੀਜ ਜਿਹੜਾ ਹੈਗਾ ਅੱਜ ਪੜਕ ਮਿਲਣਾ ਸ਼ੁਰੂ ਹੋ ਜਾਵੇ ਤੇ ਜਦੋਂ ਮੈਨੂੰ ਕੋਈ ਜਾਣਕਾਰੀ ਮਿਲੂਗੀ ਤਾਂ ਤੁਰੰਤ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰੂੰਗਾ ਕਿ ਬੀਜ ਮਿਲਣਾ ਸ਼ੁਰੂ ਹੋ ਗਿਆ ਸੋ ਉਸ ਤੋਂ ਇਲਾਵਾ ਜੇ ਤੁਹਾਨੂੰ ਹੋਰ ਕਿਤੋਂ ਬੀਜ ਇਹ ਮਿਲਦਾ ਤਾਂ ਬੜੇ ਧਿਆਨ ਨਾਲ ਕਿਸਾਨ ਵੀਰੋ ਕਿਉਂਕਿ ਇਹਦੇ ਨਾਲ ਕਈ ਵਾਰ ਕਿਉਂਕਿ ਜਦੋਂ ਨਵੀਂ ਕਿਸਮ ਆਉਂਦੀ ਹੈ ਉਦੋਂ ਹੀ ਜ਼ਿਆਦਾ ਜਿਹੜਾ ਹੈਗਾ ਪੈਸਾ ਕਮਾਉਣ ਦਾ ਜਿਹੜਾ ਕੋਈ ਬੀਜ ਵਕਰੇਤਾ ਵਗੈਰਾ ਨੇ ਉਹ ਜ਼ਿਆਦਾ ਪੈਸੇ ਨਵੀਂ ਵੈਰੈਟੀ ਚੋਂ ਕਮਾਉਂਦੇ ਉਹਦਾ ਰੇਟ ਜਿਹੜਾ ਚੱਕ ਦਿੰਦੇ ਆ ਬਹੁਤ ਜ਼ਿਆਦਾ ਰੇਟ ਲੈ ਲੈਂਦੇ ਕਿਸਾਨ ਤੇ ਕਿਸਾਨ ਵੀਰ ਜਿਹੜੇ ਵੱਧ ਝਾੜ ਦੇ ਚੱਕਰ ਦੇ ਵਿੱਚ ਕਿਉਂਕਿ ਵੈਰੈਟੀਆਂ ਜਿਹੜੀਆਂ ਨਵੀਆਂ ਇੰਪਰੂਵ ਹੁੰਦੀਆਂ ਝਾੜ ਦਾ ਉਹਨਾਂ ਦਾ ਜਿਹੜਾ ਵੱਧ ਹੀ ਹੁੰਦਾ ਕਿਉਂਕਿ ਇੰਪਰੂਵਡ ਵੈਰੈਟੀ ਆਉਂਦੀ ਹੈ ਝਾੜ ਪਹਿਲੀਆਂ ਨਾਲੋਂ ਜ਼ਿਆਦਾ ਹੁੰਦਾ ਤਾਂ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਜ਼ਿਆਦਾ ਰਗਵਾ ਲਾ ਲਈਏ ਸਾਰਾ ਹੀ ਸਵਾਰ ਹੀ ਲੈ ਲਈਏ ਆਪਾਂ ਕਿਸੇ ਵਕਰੀਤਾ ਤੋਂ ਲੈਣਾ ਪੱਕਾ ਬੈਲੋ ਵੈਰਾਈਟੀ ਲਿਖਾਓ ਪ੍ਰੋਪਰ ਸਹੀ ਨੇਮ ਕਈ ਵਾਰ ਮਿਲਦੇ ਜੁਲਦੇ ਨਾਮ ਵੀ ਰੱਖ ਲੈ ਜਾਂਦੇ ਆ ਤੇ ਕਿਸਾਨ ਵੀਰ ਕਈ ਵਾਰ ਧਿਆਨ ਨਹੀਂ ਦਿੰਦੇ ਤੇ ਉਹਨਾਂ ਨਾਲ ਥੋੜੀ ਜਿਹੀ ਜੜੀ ਹੈਗੀ ਆ ਇਹ ਬੜਾ ਧੋਖਾ ਠੱਗੀ ਹੋ ਜਾਂਦੀ ਇਸ ਗੱਲ ਤੋਂ ਬਚਣ ਦੀ ਲੋੜ ਹੈ ਇਸ ਬਾਰੇ ਮੈਂ ਤੁਹਾਨੂੰ ਜਿਹੜਾ ਹੈ ਬਿਲਕੁਲ ਕਲੀਅਰ ਕਰ ਦੇਣਾ ਚਾਹਣਾ ਬੀਜ ਤੁਹਾਨੂੰ ਮਿਲਦਾ ਜਿਹੜੇ ਕੋਈ ਕਿਸੇ ਕਿਸਾਨ ਵੀਰ ਨੂੰ ਤੁਸੀਂ ਜਾਣਦੇ ਜਿਨ੍ਹਾਂ ਨੇ ਪਿਛਲੇ ਸਾਲ ਬੀ ਲਿਆ ਕੇ ਲਾਇਆ ਉਹਨਾਂ ਤੋਂ ਲੈ ਸਕਦੇ ਹੋ ਜਾਂ ਤੁਹਾਨੂੰ ਕੋਈ ਗਾਰੰਟੀ ਬਿੱਲ ਤੇ ਰਿਟਰਨ ਚ ਮਿਲਦਾ ਤਾਂ ਉਹ ਤੁਸੀਂ ਲੈ ਸਕਦੇ ਪਰ ਜਿਆਦਾ ਰਕਬਾ ਲਾਉਣ ਦੀ ਕੋਸ਼ਿਸ਼ ਨਾ ਕਰੋ ਅਗਲੀ ਵਾਰ ਜਿਹੜਾ ਹੈਗਾ ਹੋਰ ਵੱਧ ਬੀਜ ਤੁਹਾਡੇ ਵਾਸਤੇ ਅਵੇਲੇਬਲ ਹੋ ਜੂਗਾ ਕਿਉਂਕਿ ਇਸ ਵਾਰ ਜਿਹੜੇ ਕਿਸਾਨ ਵੀਰ ਲਿਆਉਣਗੇ ਉਹਨਾਂ ਤੋਂ ਵੀ ਤੁਸੀਂ ਬੀਜ ਲੈ ਸਕਦੇ ਆ ਇਸ ਵਾਰ 10-10 ਕਿਲੋ ਮਿਲਿਆ ਤੇ ਕਿੰਨਾ ਹੀ ਜਿਹੜਾ ਹੈਗਾ ਹਜ਼ਾਰਾਂ ਕਿਸਾਨ ਵੀਰ ਜਿਹੜੇ ਲਾਉਣਗੇ ਤੇ ਉਹਨਾਂ ਤੋਂ ਬੀਜ ਲੈ ਸਕਦੇ ਤੇ ਗਾਂ ਅੱਗੇ ਲੱਖਾਂ ਕਿਸਾਨ ਵੀਰਾਂ ਤੱਕ ਜਿਹੜਾ ਅਗਲੇ ਸਾਲ ਬੀਜ ਪਹੁੰਚ ਜੂਗਾ ਕਿਉਂਕਿ ਜਿਹੜੇ ਪਿਛਲੇ ਸਾਲੋਂ ਤੋਂ ਵੈਰਾਈਟੀਆਂ ਚੰਗੀਆਂ ਚੱਲੀਆਂ ਆ ਰਹੀਆਂ ਜਿਨ੍ਹਾਂ ਦਾ ਝਾੜ ਬਹੁਤ ਵਧੀਆ ਜਿਹਦੇ ਵਿੱਚ ਖਾਸ ਤੌਰ ਤੇ ਡੀਬੀਡਬਲ 222 ਬਹੁਤ ਵਧੀਆ ਕਿਸਮ ਰਹੀ ਹੈ ਪਿਛਲੇ ਸ DWX87 ਵੀ ਬਹੁਤ ਵਧੀਆ ਰਹੀ ਪਰ ਕਿਤੇ ਕਿਤੇ ਜਿਹੜੇ ਕਿਸਾਨ ਵੀਰਾਂ ਨੂੰ ਸਮੱਸਿਆ ਆਈ ਇਹ ਡਿੱਗਣ ਦੀ ਸਮੱਸਿਆ ਆਈ ਹੈ ਉਹਦੇ ਵਿੱਚ ਕਿਉਂਕਿ ਸਫਾਰ ਸੀਗੀ ਕਿ ਆਪਾਂ ਲੀਹੋਸਨ ਦੀ ਸਪਰੇ ਕਰਨੀ ਹੈ ਦੋ ਸਪਰੇਆਂ ਕਰਨੀਆਂ ਨੇ ਨਾਲ ਜਿਹੜੀ ਆਪਾਂ ਫੋਲੀਕੋਰ ਦੀ ਸਪਰੇ ਕਰਨੀ ਹੈ ਟੈਬੂਕੋਨਾਜੋਲ ਦੀ ਉਹ ਕਈ ਵਾਰ ਕਿਸਾਨ ਵੀਰ ਤੋਂ ਮਿਸ ਹੋ ਜਾਂਦੀ ਹੈ ਹਾਈਟ ਜ਼ਿਆਦਾ ਲੈ ਜਾਂਦੀ ਹੈ ਤੇ ਡਿੱਗ ਪੈਂਦੀ ਹੈ ਤਣਾ ਜਿਹੜਾ ਕਮਜ਼ੋਰ ਰਹਿ ਜਾਂਦਾ ਸੋ ਇਹ ਡਿੱਗਣ ਦੀ ਕਿਤੇ ਕਿਤੇ ਸਮੱਸਿਆ ਆਈ ਜਿੱਥੇ ਡਿੱਗੀ ਉੱਥੇ ਕਈ ਥਾਵਾਂ ਦੇ ਉੱਤੇ ਝਾੜ ਵੀ ਇਹਦਾ ਘਟਿਆ ਬਾਕੀ ਵੈਸੇ ਵਧੀਆ ਵੈਰੈਟੀ ਰਹੀ ਆ HD 386 ਤੋਂ ਬਹੁਤ ਵਧੀਆ ਕਿਸਾਨ ਵੀਰਾਂ ਨੇ ਝਾੜ ਰਿਆ ਤੇ ਪਿਛਲੇ ਸਾਲਾਂ ਦੇ ਵਿੱਚ ਵਧੀਆ ਟਾਪ ਤੇ ਕਿਸਮ ਆਉਂਦੀ ਜਾ ਰਹੀ ਹੈ ਐਚਡੀ 2967 ਹਰਿਆਣਾ ਦੇ ਵਿੱਚ ਕਿਸਾਨ ਵੀਰ ਬਹੁਤ ਪਸੰਦ ਕਰਦੇ ਪੰਜਾਬ ਚ ਵੀ ਲਾਇਆ ਜਾਂਦਾ ਪਰ ਨੀਂ ਪਹਾੜੀ ਇਲਾਕਿਆਂ ਦੇ ਵਿੱਚ ਹੁਣ ਕਿਸਾਨ ਵੀਰਾਂ ਨੂੰ ਗਰੇਜ ਕਰਨਾ ਚਾਹੀਦਾ ਐਚਡੀ 2967 ਨੂੰ ਥੋੜੀ ਜਿਹੀ ਜਿਹੜੀ ਪੀਲੀ ਕੁੰਗੀ ਦੀ ਸਮੱਸਿਆ ਜਿੱਥੇ ਨਮੀ ਜ਼ਿਆਦਾ ਹਵਾ ਦੇ ਵਿੱਚ ਰਹਿੰਦੀ ਹੈ ਨੀਂ ਪਹਾੜੀ ਇਲਾਕਿਆਂ ਦੇ ਵਿੱਚ ਸੈੱਲ ਬਰਕਰਾਰ ਰਹਿੰਦੀ ਵਾਤਾਵਰਣ ਦੇ ਵਿੱਚ ਉੱਥੇ ਜਿਹੜੇ ਹੈਗੇ ਲਾਉਣ ਤੋਂ ਗਰੇਜ ਕਰਨਾ ਚਾਹੀਦਾ ਐਚਡੀ 3086 ਡੀਬੀਡਬਲ 222 ਡੀਬੀਡਬਲ 187 ਤੁਸੀਂ ਲਾ ਸਕਦੇ ਜੇ ਪਿਛਲੇ ਸਾਲ ਤੁਸੀਂ ਜਿਹੜੇ ਤੁਹਾਡੇ ਏਰੀਆ ਦੇ ਵਿੱਚ ਝ اپنی ਕਿਹੜੀ ਕਿਸਮ ਵਧੀਆ ਰਹੀ ਹੈ ਕਿਉਂਕਿ ਵੱਖ-ਵੱਖ ਥਾਵਾਂ ਦਾ ਪੌਣ ਪਾਣੀ ਮਿੱਟੀ ਜ਼ਮੀਨ ਦਾ ਫਰਕ ਹੁੰਦਾ ਸੋ ਉਹਦੇ ਅਨੁਸਾਰ ਲਾਓ ਪੀਬੀਡਬਲਿਊ 725 ਕਈ ਕਿਸਾਨ ਵੀਰਾਂ ਨੇ ਵਧੀਆ ਝਾੜੇ ਤੋਂ ਲਿਆ ਐ ਐਚਡੀ 3226 ਦੇ ਵਿੱਚ ਵੀ ਜਿਹੜੀ ਹੈਗੀ ਹੈ ਯੈਲੋ ਰਾਸ਼ਟਰੀ ਕਾਫੀ ਪ੍ਰੋਬਲਮ ਆਈ ਹੈ ਤੇ ਉન્નਤ ਪੀਬੀਡਬਲਯੂ 343 ਉન્નਤ ਪੀਬੀਡਬਲਯੂ 550 ਤੋਂ ਵੀ ਚੰਗਾ ਕਿਸਾਨ ਵੀਰਾਂ ਨੇ ਝਾੜ ਰਿਆ ਪੀਬੀਡਬਲਯੂ 677 ਤੇ ਪੀਬੀਡਬਲਯੂ 725 ਜਿਹੜੀ ਆਮ ਤੌਰ ਤੇ ਵੈਸੇ ਪਪੂਲਰ ਜਿੱਥੇ ਲਾਏ ਹੁੰਦੇ ਉੱਥੇ ਜਿਹੜੇ ਹੈਗੇ ਛਾਂ ਵਾਲੇ ਥਾਵਾਂ ਤੇ ਲਾਉਣ ਵਾਸਤੇ ਰეკਮੈਂਡਡ ਨੇ ਪਰ ਇਹਨਾਂ ਦਾ ਵੈਸੇ ਕਿਸਾਨ ਵੀਰਾਂ ਨੇ ਜਿਹੜੀ ਆਮ ਬਿਨਾਂ ਜਿਹੜੀ ਹੈਗੀ ਪਪੂਲਰ ਵਾਲੀ ਜਗ੍ਹਾ ਤੇ ਵੀ ਲਾਈ ਸੀ ਤਾਂ ਉੱਥੇ ਵੀ ਇਹਨਾਂ ਦਾ ਝਾੜ ਜਿਹੜਾ ਹੈਗਾ ਵਧੀਆ ਰਿਹਾ ਬਹੁਤ ਵਧੀਆ ਕਿਸਮਾਂ ਨੇ ਕਿਸਾਨ ਵੀਰੋ ਜਿਹੜੀਆਂ ਪਿਛਲੇ ਸਾਲਾਂ ਚ ਆਪਾਂ ਕਿਸਮਾਂ ਬੀਜਦੇ ਉਹਨੇ ਉਹਨਾਂ ਦਾ ਜ਼ਿਆਦਾ ਰਕਬਾ ਲਾਇਆ ਕਰੋ ਦੇਖੀਂ ਆ ਪਰਖੀਂ ਜਿਹੜੀ ਨਵੀਂ ਕਿਸਮ ਆਉਂਦੀ ਉਹ ਤਾਂ ਥੋੜਾ ਰਕਬਾ ਲਾ ਕੇ ਦੇਖੋ ਜੇ ਤੁਹਾਨੂੰ ਬੀਜ ਮਿਲਦਾ ਜੇ ਨਹੀਂ ਮਿਲਦਾ ਦੌੜ ਭੱਜ ਕਰਨ ਦੀ ਜ਼ਰੂਰਤ ਨਹੀਂ ਅਗਲੇ ਸਾਲ ਤੁਹਾਨੂੰ ਬੀਜ ਮਿਲ ਜੂਗਾ ਇਹਦੇ ਬਾਅਦ ਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਸੋ ਕਿਰਪਾ ਕਰਕੇ ਮੇਰਾ ਜਿਹੜਾ ਹੈਗਾ ਕੋਸ਼ਿਸ਼ ਹੈ ਮੇਰੀ ਕਿਉਂਕਿ ਕਿਸਾਨ ਵੀਰ ਜਿਹੜੇ ਗਮਰਾਹ ਨਾ ਹੋਣ ਕਿਸਾਨ ਵੀਰਾਂ ਦਾ ਕੋਈ ਨੁਕਸਾਨ ਨਾ ਹੋਵੇ ਇਹ ਮੇਰੀ ਕੋਸ਼ਿਸ਼ ਰਹਿੰਦੀ ਹੈ ਬਾਕੀ ਜੇ ਤੁਹਾਨੂੰ ਕੋਈ ਭਰੋ ਤੇ ਤੁਹਾਨੂੰ ਲੱਗਦਾ ਕਿ ਇਹ ਬੀਜ ਸਹੀ ਹੋਊਗਾ ਤਾਂ ਫਿਰ ਤੁਸੀਂ ਜਿਹੜਾ ਬੀਜ ਵੇਚੇ ਜਿਵੇਂ ਕਹੋ ਕਿ ਲਓ ਪਰ ਜ਼ਿਆਦਾ ਰਕਬਾ ਲਾਉਣ ਦੀ ਕੋਸ਼ਿਸ਼ ਨਾ ਕਰੋ ਥੋੜਾ ਰਕਬਾ ਲਾਓ ਅਗਲੀ ਵਾਰ ਤੁਸੀਂ ਰਕਬਾ ਵਧਾ ਲਿਓ ਇੰਨੀਆਂ ਹੀ ਬੇਨਤੀਆਂ ਸੀ ਅੱਗੇ ਆਉਣ ਵਾਲੀ ਵੀਡੀਓ ਚ ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤ